ਚਾਰ ਕੁੜੀਆਂ ਚਾਰ ਕੁੜੀਆਂ 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 ਨੇ ਆ ਕੀਤਾ ਕੁੜੀਆਂ ਨੇ ਉਹ ਕੀਤਾ ਉੱਥੇ ਵੀ ਇਹ ਸੋਚਿਆ ਜਾਂਦਾ ਸੀ ਕਿ ਪਤਾ ਨਹੀਂ ਮੈਂ ਰਾਤ ਨੂੰ ਕਿਹਦੇ ਨਾਲ ਗੱਲ ਕਰ ਰਹੀ ਹਾਂ ਆਪਣੇ ਜੰਮੇ ਤੱਕ ਨੇ ਵੀ ਕਰੈਕਟਰ ਤੇ ਉਂਗਲੀ ਕਰ ਦਿੱਤੀ ਮੇਰੇ ਮਨ ਨੂੰ ਬੜੀ ਤਕਲੀਫ ਹੋਣੀ ਮੈਂ ਕਹਿੰਦਾ ਮੈਂ ਇੰਨੀ ਪੜ੍ਹੀ ਲਿਖੀ ਹਾਂ ਇੰਨਾ ਕੁਝ ਕਰ ਰਹੀ ਹਾਂ ਫਿਰ ਵੀ ਮੈਨੂੰ ਕਿਹਾ ਜਾ ਰਿਹਾ ਕਿ ਤੂੰ ਪੈਂਜੀ ਟਾਈਪ ਲੱਗਦੀ ਹੈ ਇਦਾਂ ਹੀ ਕਰਦੇ ਕਰਦੇ ਹਸਬੰਡ ਨੇ ਜੋ ক্লোਜ਼ ਸੀਗੇ ਉਹਨਾਂ ਨੂੰ ਫੋਨ ਕਰਕੇ ਕਿਹਾ ਜੀ ਮੇਰਾ ਤਾਂ ਘਰ ਉੱਜੜ ਗਿਆ ਮੈਨੂੰ ਦੁੱਖ ਹੈ ਇਸ ਗੱਲ ਦਾ ਹੋਇਆ ਜਿੱਥੇ ਨੂੰ ਮੈਂ ਆਪਣਾ ਸਮਝਦੀ ਸੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕਰਨਜੀਤ कौर ਐਡੀਟਰ ਐਂਡ ਚੀਫ ਪੁਲਿਸ ਸੁਰੱਖਿਆ ਮੈਗਜ਼ੀਨ ਤੋਂ ਤੇ ਮੈਂ ਇੱਕ ਟੀਚਰ ਵੀ ਹਾਂ ਜੀ ਤੇ ਇੱਕ ਸੋਸ਼ਲ ਵਰਕਰ ਵੀ ਹਾਂ ਤੇ ਉਹਦੇ ਨਾਲ ਨਾਲ ਮੈਂ ਔਮਨ ਦੇ ਕੰਮ ਇੰਨੇ ਕਰਦੀ ਹਾਂ ਕਿ ਮੈਂ ਹਿਊਮਨ ਰਾਈਟਸ ਦੇ ਵਿੱਚ ਪ੍ਰੈਜ਼ੀਡੈਂਟ ਵੀ ਹਾਂ ਤੇ ਇਸ ਦੇ ਵਿੱਚ ਮੈਂ ਕਿਵੇਂ ਪ੍ਰਵੇਸ਼ ਕੀਤਾ ਮੇਰੀ ਜਿਹੜੀ ਜਰਨੀ ਹੈ ਉਹ ਮੈਂ ਕਿਵੇਂ ਸਟਾਰਟ ਕੀਤੀ ਅੱਜ ਮੈਂ ਤੁਹਾਡੇ ਸਾਰਿਆਂ ਦੇ ਨਾਲ ਉਹ ਸ਼ੇਅਰ ਕਰਨਾ ਚਾਹੁੰਦੀ ਹਾਂ ਗੱਲ ਇਦਾਂ ਸੀਗੀ ਕਿ ਸਾਡੇ ਨਾਲ ਕੁਝ ਇਹੋ ਜੀਆਂ ਗੱਲਾਂ ਘਟੀਆਂ ਪਾਪਾ ਮੇਰੇ ਥੋੜੇ ਜੇ ਮਸਤ ਮੋਲਾ ਸੁਭਾਅ ਦੇ ਸੀਗੇ ਤੇ ਮੇਰੀ ਮਦਰ ਜੋ ਅਸਤਕ ਕਦੇ ਕੁਝ ਕਹਿੰਦੇ ਨਹੀਂ ਸੀਗੇ ਕੋਈ ਵੀ ਸਾਡੇ ਲਈ ਕੰਮ ਕਰਨਾ ਉਹ ਪੜੇ ਲਿਖੇ ਨਹੀਂ ਸੀਗੇ ਉਹਨਾਂ ਨੂੰ ਬੜਾ ਚੌਹ ਹੁੰਦਾ ਸੀ ਕਿ ਫਲਾਣੇ ਦੀ ਕੁੜੀ ਆਈਐਸ ਅਫੀਸਰ ਬਣ ਗਈ ਹੋਗੀ ਤਾਂ ਮੈਂ ਚਾਹੁੰਨੀ ਕਿ ਮੇਰੇ ਕੋਲ ਜੇ ਕੁੜੀਆਂ ਨੇ ਤਾਂ ਮੇਰੀਆਂ ਕੁੜੀਆਂ ਵੀ ਉਹ ਕੰਮ ਕਰਨ ਤੇ ਅਸੀਂ ਬੜਾ ਸੋਚਦੇ ਹੁੰਦੇ ਸੀਗੇ ਕਿ ਨਹੀਂ ਆਹ ਚੀਜ਼ਾਂ ਮम्मा ਪੱਕੀ ਵੀ ਕਰ ਪਾਵਾਂਗੇ ਮम्मा ਕਹਿੰਦੇ ਮੈਂ ਤੁਹਾਨੂੰ ਪੜਾ ਰਹੀ ਮੈਂ ਪੜੀ ਲਿਖੀ ਨਹੀਂ ਆ ਪਰ ਮੈਨੂੰ ਸਾਰਾ ਚੀਜ਼ ਪਤਾ ਕਿ ਇਹ ਕੰਮ ਕਿਵੇਂ ਹੁੰਦੇ ਨੇ ਇਹ ਸਾਰੀਆਂ ਤੁਸੀਂ ਦਿਨ ਰਾਤ ਉਹ ਚੀਜ਼ਾਂ ਪੜੋ ਦੇਖੋ ਜਿੱਥੇ ਤੁਹਾਨੂੰ ਹੁੰਦਾ ਮੈਂ ਤੁਹਾਨੂੰ ਹਰ ਇੱਕ ਥਾਂ ਤੇ ਮੈਂ ਤੁਹਾਨੂੰ ਲੈ ਕੇ ਜਾਊਂਗੀ ਚਲੋ ਜੀ ਮੇਰਾ ਸਫਰ ਸਟਾਰਟ ਹੁੰਦਾ ਐਵੇਂ ਹੀ ਚਲੋ ਕਰਦੇ ਕਰਦੇ ਸਕੂਲ ਪਹੁੰਚੇ ਸਕੂਲ ਦੀ ਪੜ੍ਹਾਈ ਕੀਤੀ ਪੜੇ ਅਸੀਂ ਮਾਡਲ ਸਕੂਲ ਦੇ ਵਿੱਚ ਪਰ ਜਿਹੜੇ ਮੇਰੇ ਚਾਚੇ ਤਾਏ ਸੀਗੇ ਨਾ ਸਾਰੇ ਕੰਨਲ ਕੋਈ ਮੇਜਰ ਸਾਰੇ ਸਾਡੇ ਕਜ਼ਨ ਬ੍ਰਦਰ ਕਜ਼ਨ ਸਿਸਟਰ ਸਾਰੇ ਕਰਦੇ ਹੁੰਦੇ ਸੀ ਪਰ ਸਾਨੂੰ ਅਸੀਂ ਇੱਕ ਛੋਟੇ ਜਿਹੇ ਕਸਬੇ 'ਚ ਰਹਿੰਦੇ ਸੀ ਮਨੀ ਮਾਜਰਾ ਦੇ ਵਿੱਚ ਉੱਥੇ ਇੰਨਾ ਹਾਈ ਲੈਵਲ ਨਹੀਂ ਹੁੰਦਾ ਸੀਗਾ ਕਿ ਆਪਾਂ ਬੋਲੀਏ ਆਹ ਚੀਜ਼ ਐਦਾਂ ਜੁ ਹੋਵੇ ਐਦਾਂ ਹੋਵੇ ਇੰਗਲਿਸ਼ 'ਚ ਥੋੜੀ ਪ੍ਰੋਬਲਮ ਆਉਂਦੀ ਸੀ ਹਾਲਾਂਕਿ ਇੰਗਲਿਸ਼ ਸਕੂਲ 'ਚ ਪੜ੍ਹਦੇ ਸੀਗੇ ਪਰ ਬਚਪਨਾ ਸੀਗਾ ਨਾ ਉਹ ਸ਼ਬਦ ਕਹਿਨੇ ਨਹੀਂ ਹੁੰਦੇ ਸੀਗੇ ਜਦੋਂ ਅਸੀਂ ਕਹਿਣਾ ਫੈਸ਼ਨ ਲੇਬਲ ਉਹਨਾਂ ਨੇ ਹੱਸਣਾ ਅੱਛਾ ਫੈਸ਼ਨ ਲੇਬਲ ਨਹੀਂ ਨਹੀਂ ਫਿਰ ਉਹ ਸੋਚਿਆ ਇਹ ਸਾਨੂੰ ਐਦਾਂ ਕਿਉਂ ਹੱਸਦੇ ਮम्मा ਨਾਲ ਗੱਲ ਕਰਨੀ ਤੁਸੀਂ ਆਪਣੀ ਕਮੀ ਦੇਖੋ ਤੁਸੀਂ ਕਿੱਥੇ ਹੋ ਫਿਰ ਉਹ ਕਮੀ ਵਿਚਾਰਨੇ ਸ਼ੁਰੂ ਕਰਨੇ ਆਪਣੇ ਟੀਚਰ ਨੂੰ ਪੁੱਛਣਾ ਕਿ ਮੈਮ ਇਹ ਕੀ ਹੁੰਦਾ ਫਿਰ ਉਹਨਾਂ ਨੇ ਸਾਨੂੰ ਦੱਸਣਾ ਕਿ ਨਹੀਂ ਇਹਨੂੰ ਫੈਸ਼ਨ ਲੇਬਲ ਨਹੀਂ ਫੈਸ਼ਨ ਏਬਲ ਕਿਹਾ ਜਾਂਦਾ ਫਿਰ ਉਹ ਕਮੀ ਸੁਧਾਰੀ ਸਾਨੂੰ ਇੰਗਲਿਸ਼ ਨਹੀਂ ਅੱਛਾ ਅੱਛਾ ਐਵੇਂ ਮੇਰੇ ਫਾਦਰ ਸਾਹਿਬ ਜੋ ਇੱਕ ਢਾਬਾ ਚਲਾਉਂਦੇ ਸੀ ਢਾਬੇ ਤੋਂ ਉਹਨਾਂ ਨੇ ਸਾਨੂੰ ਸਾਡੀ ਪੜਾਈ ਲਿਖਾਈ ਸਭ ਕੁਝ ਸ਼ੁਰੂ ਕੀਤਾ ਲੇਕਿਨ ਆਪਣੀ ਪੜਾਈ ਉਹਨਾਂ ਨੇ ਕਿਸੇ ਮਜਬੂਰੀ ਕਾਰਨ ਛੱਡ ਦਿੱਤੀ ਸੀ ਪਰ ਮੇਰੇ ਚਾਚੇ ਦਾ ਇਹ ਜਿਹੜੇ ਸੀਗੇ ਉਹ ਇੱਕ ਮੁਕਾਮ ਤੇ ਪਹੁੰਚ ਸਕੇ ਸੀਗੇ ਕਿ ਕੋਈ ਮੇਜਰ ਹੈ ਕੋਈ ਕਰਨਲ ਹੈ ਲੇਕਿਨ Papa ਨੇ ਉਹ ਮੁਕਾਮ ਨਹੀਂ ਹਾਸਲ ਕੀਤਾ ਸੀ ਮਤਲਬ ਜਦੋਂ ਅਸੀਂ ਕਿਸੇ ਨੂੰ ਮਿਲਣ ਵੀ ਜਾਣਾ ਤਾਂ ਉਹਨਾਂ ਨੂੰ ਸ਼ਰਮ ਆਉਂਦੀ ਸੀ ਕਿ ਇੱਕ ਢਾਬੇ ਦਾ ਕੰਮ ਕਰਦਾ ਹੈ ਪਰ ਮੈਨੂੰ ਇਸ ਗੱਲ ਤੋਂ ਪ੍ਰਾਊਡ ਹੁੰਦਾ ਕਿ ਅੱਜ ਉਸ ਢਾਬੇ ਵਾਲੀ ਦੀ ਕੁੜੀ ਇਸ ਮੁਕਾਮ ਤੇ ਪਹੁੰਚੀ ਆ ਮੈਨੂੰ ਕੋਈ ਸ਼ਰਮ ਨਹੀਂ ਕੰਮ ਕਰਦੇ ਛੋਟਾ ਵੱਡਾ ਨਹੀਂ ਹੁੰਦਾ ਇਸੇ ਤਰ੍ਹਾਂ ਕਰਦੇ ਕਰਦੇ ਅਸੀਂ ਚਾਰ ਭੈਣਾਂ ਇੱਕ ਭਰਾ ਹੈ ਸਾਡਾ ਭਰਾ ਸਾਡਾ ਬਾਅਦ ਵਿੱਚ ਹੋਇਆ ਸਾਡੀਆਂ ਅਸੀਂ ਛਾਰੋਂ ਪੈਣਾ ਕਿਤੇ ਵੀ ਜਾਣਾ ਇੱਕ ਸਿੰਪੀ ਨਹੀਂ ਹੁੰਦੀ ਚਾਰ ਕੁੜੀਆਂ ਚਾਰ ਕੁੜੀਆਂ 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 ਨੇ ਆ ਕੀਤਾ ਕੁੜੀਆਂ ਨੇ ਉਹ ਕੀਤਾ ਇਹਨਾਂ ਦੇ ਵਿਆਹ ਕਰ ਦੋ ਛੇਤੀ ਆਹ ਕਰ ਦੋ ਮਤਲਬ ਹਰ ਇੱਕ ਰਿਸ਼ਤੇਦਾਰ ਦੇ ਅੱਗੇ ਇੱਕੋ ਚੀਜ਼ ਹੁੰਦੀ ਸੀ ਮम्मी पापा ਬਹੁਤ ਉਦਾਸ ਹੁੰਦੇ ਸੀ ਪਰ ਪਿਓ ਨੇ ਮੇਰੇ ਨੇ ਕਦੇ ਇਹ ਨਹੀਂ ਕਿਹਾ ਸੀਗਾ ਕਿ ਮੇਰੇ ਕੋਲ ਕੁੜੀਆਂ ਨੇ ਉਹ ਬਹੁਤ ਆਪਣੇ ਆਪ ਨੂੰ ਕਹਿੰਦੇ ਸੀ ਕੁੜੀਆਂ ਤਾਂ ਕੀ ਹੋਇਆ ਆਪਣੀ ਕਿਸਮਤ ਲੈ ਕੇ ਆ ਮੈਨੂੰ ਜਦੋਂ ਪ੍ਰੋਬਲਮ ਨਹੀਂ ਕਿਸੇ ਨੂੰ ਕਿਉਂ ਪ੍ਰੋਬਲਮ ਹੋ ਸਕਦੀ ਹੈ ਸੋ ਇਹ ਗੱਲਾਂ ਲੈ ਕੇ ਅਸੀਂ ਅੱਗੇ ਚੱਲੇ ਫਿਰ ਆਈ ਮੈਰਿਜ ਦੀ ਗੱਲ ਮੈਰਿਜ ਹੋਈ ਮੈਰਿਜ ਕਰਦੇ ਪੜ੍ਹਾਈ ਕਰ ਰਹੀ ਸੀਗੀ ਫਰਸਟ ইয়ার ਦੇ ਇਗਜ਼ਾਮ ਦਿੱਤੇ ਸੀ ਮੁੜ ਕੇ ਸਹੁਰੇ ਪਰਿਵਾਰ ਗਏ ਕਿ ਚਲੋ ਅਸੀਂ ਪੜ੍ਹਾਵਾਂਗੇ ਜੀ ਉਹ ਸਟੱਡੀ ਵੀ ਵਿੱਚ ਹੀ ਰਹਿ ਗਈ ਬੜਾ ਉੱਥੇ ਵੀ ਦੇਖਣਾ ਪਿਆ ਆਪਣੇ ਆਪ ਨੂੰ ਕਿ ਚਲੋ ਇੰਨੀ ਅਕਲ ਨਹੀਂ ਹੁੰਦੀ ਸੀਗੀ ਬਚਪਨਾ ਸੀਗਾ ਇੱਕ ਤਰ੍ਹਾਂ ਤੋਂ 18 ਸਾਲ ਦੀ ਏਜ ਕੀ ਹੁੰਦੀ ਹੈ ਜਿਵੇਂ ਕਿਸੇ ਨੇ ਜੋ ਕਹਿ ਦੇਣਾ ਉਹੀ ਕਰ ਦੇਣਾ ਬਚਪਨਾ ਸੀ ਉੱਥੇ ਵੀ ਸਭ ਕੁਝ ਜ਼ਿੰਮੇਵਾਰੀਆਂ ਸਿਰ ਤੇ ਪੈ ਗਈਆਂ ਮਦਰ ਇਨ ਲਾ ਫਾਦਰ ਇਨ ਲਾ ਸਾਰੀ ਜ਼ਿੰਮੇਵਾਰੀ ਨਿਭਾਈਆਂ ਵੱਡੇ ਵੀ ਸੀ ਘਰ ਦੇ ਵਿੱਚ ਲੇਕਿਨ ਉਹਨਾਂ ਨੇ ਟੋਟਲੀ ਐਵੇਂ ਛੱਡ ਦਿੱਤਾ ਕਿ ਜਿਵੇਂ ਇੱਕ ਘਰ ਦੇ ਵਿੱਚ ਇੱਕ ਨੌਕਰ ਆਂਦਾ ਹੈ ਸਾਰਾ ਕੰਮ ਸੰਭਾਲੇਗਾ ਉਹ ਚੀਜ਼ ਦੇਖਣ ਨੂੰ ਮਿਲੀ ਮੁੜ ਕੇ ਸਹੁਰੇ ਪਰਿਵਾਰ ਦੇ ਵਿੱਚ ਵੀ ਇਹੋ ਜੀ ਕਮੀ ਆਈ ਕਿ ਹਸਬੰਡ ਦਾ ਕੰਮ ਬਿਲਕੁਲ ਡਾਊਨ ਚਲਾ ਗਿਆ ਡਾਊਨ ਹੋਣ ਦੇ ਨਾਤੇ ਕਾਫੀ ਇਦਾਂ ਦੇ ਸੀ ਕਿ 10 ਰੁਪਏ ਲਈ ਵੀ ਕਈ ਵਾਰੀ ਆਂਦਾ ਸੋਚਣਾ ਪੈਂਦਾ ਸੀ ਕਿ ਉੱਥੇ ਜਾਣਾ ਹੈ ਬੱਚੇ ਦੀ ਮੈਡੀਸਨ ਲੈਣੀ ਸੀਗੀ ਉਹ ਵੀ ਸੋਚਣਾ ਪੈਂਦਾ ਸੀ ਕਿ ਕਿਵੇਂ ਲਵਾਂਗੇ ਹਾਲਾਂਕਿ ਬਹੁਤ ਹਾਈ ਫਾਈ ਫੈਮਿਲੀ ਹੈ ਮੇਰੀ ਪਰ ਫਿਰ ਵੀ ਇੱਕ ਚੀਜ਼ ਇੱਕ ਸੀ ਕਿ ਮੇਰਾ ਹਸਬੰਦ ਨਹੀਂ ਕੁਝ ਕਰ ਰਿਹਾ ਮੈਂ ਕਿਵੇਂ ਮੰਗਾ ਇੱਕ ਰੋਟੀ ਪਾਣੀ ਮਿਲ ਰਿਹਾ ਓਕੇ ਆ ਠੀਕ ਆ ਫਿਰ ਐਦਾਂ ਹੀ ਕਰਦੇ ਕਰਦੇ ਹਸਬੰਦ ਮੇਰੇ ਇੱਕ ਦਿਨ ਕਿਸੇ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਆਪਣੇ ਦੋਸਤ ਨਾਲ ਕਿ ਕੰਮ ਨਹੀਂ ਚੱਲ ਰਿਹਾ ਐਵੇਂ ਨਹੀਂ ਹੋ ਰਿਹਾ ਉਹਨਾਂ ਨੇ ਕਿਹਾ ਕਿ ਮਿਸਿਸ ਨੂੰ ਅੱਗੇ ਲੈ ਕੇ ਆ ਉਹ ਇੰਨੀ ਬੜਾਈ ਉਹਦੀ ਕਰਵਾਈ ਆ ਕੀਤੀ ਹੈ ਕਿ ਨਹੀਂ ਕੀਤੀ ਹੈ ਵੀ ਉਹ ਤਾਂ ਉਸ ਵਕਤ ਪੜ ਰਹੀ ਸੀ ਕਹਿੰਦੇ ਨਹੀਂ ਨਹੀਂ ਉਹ ਤਾਂ ਬਹੁਤ ਅੱਛੀ ਉਹਦੀ ਪਰਸਨੈਲਿਟੀ ਹੈ ਸਭ ਕੁਝ ਹੈ ਲੇਕਿਨ ਦੁਨੀਆਦਾਰੀ ਦੀ ਉਹਨੂੰ ਕੋਈ ਨੋਲੇਜ ਨਹੀਂ ਹੈ ਉਹ ਮੈਂ ਫਰਸ਼ ਸਾਫ ਕਰ ਰਹੀ ਸੀ ਉਹ ਗੱਲ ਦਿਲ ਤੇ ਲੱਗੀ ਮੇਰੀਆਂ ਕਜ਼ਨ ਸਿਸਟਰ ਸਾਰੇ ਇੱਕ ਅੱਛੇ ਮੁਕਾਮ ਤੇ ਪਹੁੰਚ ਸਕੇ ਸੀਗੇ ਸਾਰੇ ਜਦੋਂ ਮੈਂ ਆਣਾ ਉਹਨਾਂ ਨੇ ਮੈਨੂੰ ਕਹਿਣੇ ਕੀ ਭੈਂਜੀ ਟਾਈਪ ਰਹਿੰਦੀ ਹੈ ਮੇਰੇ ਮਨ ਨੂੰ ਬੜੀ ਤਕਲੀਫ ਹੋਣੀ ਮੈਂ ਕਹਿਣਾ ਮੈਂ ਇੰਨੀ ਪੜ੍ਹੀ ਲਿਖੀ ਆ ਇੰਨਾ ਕੁਝ ਕਰ ਰਹੀ ਆ ਫਿਰ ਵੀ ਮੈਨੂੰ ਕਿਹਾ ਜਾ ਰਿਹਾ ਕਿ ਤੂੰ ਭੈਂਜੀ ਟਾਈਪ ਲੱਗਦੀ ਹੈ ਕੀ ਕਮੀ ਏਦਾਂ ਦੀ ਰਹਿ ਗਈ ਕਿ ਮੈਂ ਆਪਣੇ ਪਰਿਵਾਰ ਨੂੰ ਟਾਈਮ ਦੇ ਰਹੀ ਆ ਕਿ ਮੈਂ ਬੱਚੇ ਨੂੰ ਠਾਈਂ ਦੇ ਰਹੀ ਐ ਇਸ ਕਰਕੇ ਮੈਂ ਭੈਣ ਦੀ ਟਾਈਪ ਲੱਗਦੀ ਆ ਫਿਰ ਜਦੋਂ ਦੇਖਿਆ ਕਿ ਉਤਾਰ ਚੜ੍ਹਾਵ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਹੋ ਗਿਆ ਮੈਂ ਹਸਬੰਡ ਨੂੰ ਮਨਤ ਕੀਤੀ ਕਿ ਮੈਂ ਪੜ੍ਹਨਾ ਚਾਹੁੰਨੀ ਆਂ ਅਗੇ ਉਹਨਾਂ ਨੇ ਕਾਫੀ ਟਾਲ ਮਟੋਲ ਵੀ ਕੀਤੀ ਇਸ ਗੱਲ ਦੇ ਪਿੱਛੇ ਕਿ ਨਹੀਂ ਨਹੀਂ ਕੀ ਰੱਖਿਆ ਕੁਝ ਨਹੀਂ ਐ ਇੰਨਾ ਖਰਚ ਹੋਏਗਾ ਇਦਾਂ ਹੋਏਗਾ ਉਹ ਹੋਏਗਾ ਮੈਂ ਕਿਹਾ ਨਹੀਂ ਮੈਂ ਤੁਹਾਡੇ ਅੱਗੇ ਹੱਥ ਬੰਦਦੀ ਆ ਮੈਨੂੰ ਇੱਕ ਵਾਰੀ ਮੈਨੂੰ ਪੜ੍ਹ ਲੈਣ ਦਿਓ ਜੋ ਵੀ ਹੋਏਗਾ ਜੋ ਖਰਚਾ ਹੋਏਗਾ ਮੈਂ ਅਗਰ ਜੌਬ ਲਗੂਗੀ ਤਾਂ ਮੈਂ ਤੁਹਾਨੂੰ ਵਾਪਸ ਕਰੂੰਗੀ ਆਪਣੇ ਹਸਬੰਡ ਨਾਲ ਮੈਂ ਕਮਿਟਮੈਂਟ ਕਰ ਰਹੀ ਸੀਗੀ ਤੇ ਚਲੋ ਸਾਡਾ ਲੜਾਈ ਝਗੜਾ ਵੀ ਹੋਇਆ ਥੋੜਾ ਜਿਹਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਪੈਸੇ ਲਿਆ ਕੇ ਦੇ ਦਿੱਤੇ ਮੈਂ ਇੰਸਟੀਚੂਟ ਗਈ ਉੱਥੇ ਐਂਟ੍ਰਾਂਸ ਦਿੱਤਾ ਇੰਟਰਵਿਊ ਹੋ ਗਿਆ ਸਿਲੈਕਸ਼ਨ ਹੋ ਗਈ ਮੈਨੂੰ ਉਮੀਦ ਹੀ ਨਹੀਂ ਸੀ ਕਿ ਮੈਂ ਇੱਕ ਦਿਨ ਦੀ ਪੜ੍ਹਾਈ ਦੇ ਵਿੱਚ ਐਂਟ੍ਰਾਂਸ ਵੀ ਕਲੀਅਰ ਕਰ ਜਾਊਂਗੀ 12 ਸਾਲ ਬਾਅਦ ਮੈਂ ਸਟੱਡੀ ਸ਼ੁਰੂ ਕੀਤੀ ਸੀ ਆਪਣੀ ਤੇ ਬੜੀ ਮਤਲਬ ਮੈਨੂੰ ਇਦਾਂ ਲੱਗਿਆ ਕਿ 12 ਸਾਲ ਬਾਅਦ ਮੈਂ ਇਹ ਚੀਜ਼ ਕਰ ਸਕਦੀ ਸੀ ਕਿ ਜਜ਼ਬਾ ਸੀ ਕਿ ਨਹੀਂ ਮੈਂ ਕੁਝ ਕਰਨਾ ਹੈ ਮੈਂ ਅੱਗੇ ਵਧਣਾ ਹੈ ਸੋ ਉਹ ਚੀਜ਼ਾਂ ਜਦੋਂ ਮੈਂ ਕੀਤੀ ਮੇਰੀ ਇੰਟਰਵਿਊ ਹੋਈ ਇੰਟਰਵਿਊ ਦੇ ਵਿੱਚ ਉੱਥੇ ਵੀ ਇੰਟਰਵਿਊ ਲੈ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਤੁਸੀਂ 12 ਸਾਲ ਬਾਅਦ ਸਟੱਡੀ ਕੰਪਲੀਟ ਕਰਨ ਲੱਗੇ ਹੋ ਇਹੋ ਜਿਹੀ ਕਿਹੜੀ ਗੱਲ ਸੀਗੀ ਮਨ ਸਾਫ਼ ਸੀ ਨਹੀਂ ਪਤਾ ਸੀਗਾ ਮੈਂ ਕਿਹਾ ਜੀ ਥੋੜੀ ਜੀ ਘਰ ਦੀ ਪ੍ਰੋਬਲਮ ਸੀਗੀ ਮੇਰੇ ਮਦਰ ਇਨ-ਲॉ ਠੀਕ ਨਹੀਂ ਸੀਗੇ ਸੋ ਮੈਂ ਹੁਣ ਸਟੈਂਡ ਲੱਤਾ ਉਹ ਜਦੋਂ ਹਸੇ ਨਾ ਮੈਨੂੰ ਉਵੇਂ ਹੀ ਗੱਲ ਦਿਲ ਤੇ ਲੱਗੀ ਪਰ ਉੱਥੇ ਇੱਕ ਟੀਚਰ ਸੀ ਮੇਰੀ ਤਰਵਿੰਦਰ ਕੌਰ ਉਹਨੇ ਮੈਨੂੰ ਬੜਾ ਹੌਸਲਾ ਦਿੱਤਾ ਕਿ ਬੱਚੇ ਕੁਝ ਵੀ ਕਰ ਸਕਦੇ ਆ ਜੋ ਮਰਜ਼ੀ ਹੋ ਜਾਏ ਤੁਸੀਂ ਅੱਗੇ ਵਧੋ ਉੱਥੋਂ ਸਟਾਰਟ ਕੀਤਾ ਸਾਰਾ ਸਵੇਰੇ ਸਵੇਰੇ ਭਜਣਾ ਇੰਸਟੀਚਿਊਟ ਫੇਰ ਵਾਪਸ ਆਣਾ ਟੀਚਿੰਗ ਲਾਈਨ ਉੱਥੋਂ ਸ਼ੁਰੂ ਕੀਤੀ ਫੇਰ ਨਾਲ ਦੀ ਨਾਲ ਗ੍ਰੈਜੂਏਸ਼ਨ ਕੰਪਲੀਟ ਕੀਤੀ ਆਪਣੀ ਗ੍ਰੈਜੂਏਸ਼ਨ ਵੀ ਦੋ ਵਾਰ ਕੀਤੀ ਕਿ ਇੱਕ ਵਾਰੀ ਇੰਗਲਿਸ਼ ਮੀਡੀਅਮ ਦੋਜੀ ਵਾਰ ਪੰਜਾਬੀ ਮੀਡੀਅਮ ਕਿ ਕਿਸੇ ਨੂੰ ਇਹ ਨਾ ਲੱਗੇ ਆਪਾਂ ਆ ਨਹੀਂ ਕਰ ਸਕਦੇ ਵੀਐਸਸੀ ਦੇ ਫਾਰਮ ਭਰੇ ਸਾਰਾ ਕੁਝ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਮੈਂ ਟੀਚਿੰਗ ਲਾਈਨ ਦੇ ਵਿੱਚ ਆਈ ਟੀਚਿੰਗ ਲਾਈਨ ਦੇ ਵਿੱਚ ਮੇਰਾ ਸਫ਼ਰ ਹੋਇਆ ਸੋਸ਼ਲ ਵਰਕ ਦਾ ਸ਼ੁਰੂ ਉੱਥੇ ਕੀ ਹੋਇਆ ਮੈਂ ਜਦੋਂ ਆਪਣੇ ਪੀਰੀਅਡਸ ਲੈਣ ਵਾਸਤੇ ਜਾਣਾ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਜਾਣਾ ਉੱਥੇ ਕਈ ਸਕੂਲ ਦੇ ਵਿੱਚ ਜਦੋਂ ਬੱਚੇ ਮੈਂ ਦੇਖੇ ਸਟੂਡੈਂਟ ਕਾਫੀ ਮਤਲਬ ਐਨੀ ਮਾਲੀ ਹਾਲਤ ਉਹਨਾਂ ਦੀ ਖਰਾਬ ਸੀ ਲੇਕਿਨ ਪੜ੍ਹਾਉਣਾ ਚੰਗੇ ਸਕੂਲ ਚ ਚਾਹੁੰਦੇ ਸੀਗੇ ਫੀਸ ਨਹੀਂ ਦੇਣੀ ਰੋਜ਼ ਉਹਨਾਂ ਨੂੰ ਖੜੇ ਕਰਨਾ ਮੈਨੂੰ ਤਕਲੀਫ ਹੁੰਦੀ ਸੀ ਕਿਉਂਕਿ ਅਸੀਂ ਇਸ ਚੀਜ਼ਾਂ ਚੋਂ ਗੁਜ਼ਰੇ ਸੀ ਮੈਂ ਕਿਹਾ ਨਹੀਂ ਇਹ ਬੱਚੀ ਨੂੰ ਪੜ੍ਹਾਣਾ ਹੈ ਉਹਦੀ ਮਦਰ ਨੂੰ ਕੈਂਸਰ ਸੀਗਾ ਕੈਂਸਰ ਦੇ ਨਾਲ ਡੈਥ ਹੋ ਗਈ ਸੀ ਉਸ ਬੇਟੀ ਦੀ ਫਾਦਰ ਸੀ ਐਕਸੀਡੈਂਟ ਹੋ ਗਿਆ ਸੀ ਅੱਖ ਚਲੀ ਗਈ ਸੀ ਉਹਦੀ ਤੇ ਦੋਨੋਂ ਤਿੰਨੋਂ ਸਿਸਟਰ ਸੀਗੀਆਂ ਵੀ ਮੈਨੂੰ ਆਪਣਾ ਚੀਜ਼ ਯਾਦ ਆ ਗਈ ਕਿ ਤਿੰਨ ਸਿਸਟਰ ਸਾਰਾ ਕੁਝ ਉਹਨੂੰ ਕਹਿੰਦੇ ਕਿ ਉਹਦੇ ਨਾਨਕੇ ਪਰਿਵਾਰ ਤੋੜ ਦੇਣਾ ਮੈਂ ਨਹੀਂ ਕਰ ਸਕਦਾ ਮੈਂ ਉੱਥੋਂ ਸਟਾਰਟ ਕੀਤਾ ਫਿਰ ਮੈਂ ਉਸ ਕੁੜੀ ਨੂੰ ਅਡਾਪਟ ਕੀਤਾ ਜੋ ਮੇਰੀ ਪਹਿਲੀ ਸੈਲਰੀ ਸੀ ਉਹ ਸੀ 3400 ਰੁਪਏ 3400 ਰੁਪਏ ਦੇ ਵਿੱਚ ਮੈਂ ਉਸ ਬੇਟੀ ਦੀ ਫੀਸ ਦੇਣੀ ਸ਼ੁਰੂ ਕੀਤੀ ਉਹਨੂੰ ਅਡਾਪਟ ਕੀਤਾ ਮੈਂ ਐਬੀ ਤੇ ਪੋਸਟ ਪਾਣੀ ਸ਼ੁਰੂ ਕੀਤੀ ਮੈਨੂੰ ਬੜਾ ਚੰਗਾ ਲੱਗਦਾ ਸੀ ਮੈਨੂੰ ਲਿਖਣ ਦਾ ਥੋੜਾ ਜਿਹਾ ਸ਼ੌਂਕ ਸੀਗਾ ਜੋ ਮੇਰੇ ਮਨ ਚ ਹੁੰਦਾ ਸੀ ਮੈਂ ਡਾਇਰੀ ਲਿਖਦੀ ਸੀ ਉਹ ਸਾਰਾ ਕੁਝ ਮੈਂ ਲਿਖਣਾ ਸਟਾਰਟ ਕਰਤਾ ਉਹਦੇ ਵਿੱਚ ਕਰਦੇ ਕਰਦੇ ਮੈਂ ਅੱਭੀ ਤੇ ਜਦੋਂ ਪੋਸਟ ਪਾਈ ਪੋਸਟ ਪਾਉਣ ਤੋਂ ਬਾਅਦ ਮੈਨੂੰ ਕਿਸੇ ਦਾ ਕੋਈ ਰਿਸਪਾਂਸ ਨਾ ਮਿਲਿਆ ਤੇ ਸਾਰੇ ਕੁਝ ਇਦਾਂ ਦੇ ਸੀਗੇ ਜਾਣਨ ਵਾਲੇ ਉਹਨਾਂ ਨਾਲ ਜਦੋਂ ਮੈਂ ਗੱਲ ਕੀਤੀ ਕੁਝ ਕਹਿੰਦੇ ਪੋਲੀਟਿਸ਼ੀਅਨਸ ਇਦਾਂ ਦੇ ਸੀ ਅਸੀਂ ਤਾਂ ਜੀ ਰੈਲੀਆਂ ਤੇ ਪੈਸੇ ਖਰਚ ਕਰ ਚੁੱਕੇ ਹਾਂ ਅਸੀਂ ਕੁਝ ਮੈਂ ਕਿਹਾ ਇੱਕ ਬੱਚੇ ਨੂੰ ਨਹੀਂ ਪੜਾ ਸਕਦੇ ਅਸੀਂ ਰੈਲੀਆਂ ਤੇ ਪੈਸੇ ਖਰਚ ਕਰ ਸਕਦੇ ਕਿ ਚੇਅਰ ਦੇ ਲਈ ਇਹ ਚੀਜ਼ ਕਰ ਰਹੇ ਇੱਕ ਬੱਚੇ ਦੀ ਫੀਸ ਆਪਾਂ 1500 ਦੇਣੀ ਆਪਾਂ ਉਹ ਨਹੀਂ ਦੇ ਸਕਦੇ ਜਦੋਂ ਇਦਾਂ ਦੀ ਹੋਈਆਂ ਤਾਂ ਮੈਨੂੰ ਫੇਰ ਮੈਂ ਬੜਾ ਮਨ ਨਿਰਾਸ਼ ਹੋਇਆ ਮੇਰਾ ਮੈਂ ਫੇਰ ਐਬੀ ਤੇ ਪੋਸਟ ਪਾਈ ਜਦੋਂ ਮੈਂ ਦੇਖਿਆ ਉੱਤੇ ਮੈਨੂੰ ਰਿਸਪੌਂਸ ਆਣਾ ਬਹੁਤ ਵਧੀਆ ਸ਼ੁਰੂ ਹੋ ਗਿਆ ਉੱਥੋਂ ਮੇਰਾ ਇੱਕ ਜਜ਼ਬਾ ਜਾਗ ਗਿਆ ਕਿ ਨਹੀਂ ਹਜੇ ਲੋਕ ਹੈਗੇ ਆ ਇਨਸਾਨੀਅਤ ਮਰੀ ਨਹੀਂ ਹੈ ਮੈਂ ਸ਼ੁਰੂ ਕੀਤਾ ਉੱਥੋਂ ਕਰਦੇ ਕਰਦੇ ਅੱਜ ਮੇਰੇ ਕੋਲ 85 75 ਗਰਲਸ ਨੇ 10 ਮੇਰੇ ਕੋਲ ਲੜਕੇ ਨੇ ਜਿਨ੍ਹਾਂ ਨੂੰ ਮੈਂ ਪੜ੍ਹਾ ਵੀ ਰਹੀ ਹਾਂ ਜਿਨ੍ਹਾਂ ਵਿੱਚੋਂ 75 ਗਰਲਸ ਦੇ ਵਿੱਚੋਂ 10 ਦੀ ਮੈਰिज ਹੋ ਚੁੱਕੀ ਆ ਤੇ ਉਹਨਾਂ ਦੇ ਵਿੱਚੋਂ ਨਰਸਿੰਗ ਕਰ ਰਹੀਆਂ ਨੇ ਬੀਐਡ ਕਰ ਰਹੀਆਂ ਨੇ ਲਾਅ ਕਰ ਰਹੀਆਂ ਨੇ ਉਹਨਾਂ ਦੀ ਹਰ ਇੱਕ ਚੀਜ਼ ਜੋ ਉਹਨਾਂ ਦੀ ਤਮੰਨਾ ਜੋ ਕਦੇ ਮੇਰੀਆਂ ਸੀਗੀਆਂ ਉਹ ਸਾਰੀਆਂ ਮੈਂ ਉਹਨਾਂ 'ਚ ਪੂਰੀ ਕਰ ਦਿੱਤੀ ਮੈਨੂੰ ਬਹੁਤ ਵਧੀਆ ਲੱਗੂਏ ਚੀਜ਼ ਕਿ ਨਹੀਂ ਕੋਈ ਲੜਕੀ ਉਹ ਅੱਗੇ ਜਾ ਸਕੀ ਏਦਾਂ ਹੀ ਕਰਦੇ ਕਰਦੇ ਹਿਊਮਨ ਰਾਈਟਸ ਦੇ ਵਿੱਚ ਆਈ ਹਿਊਮਨ ਰਾਈਟਸ ਦੇ ਵਿੱਚ ਰਾਤ ਨੂੰ ਸਟੱਡੀ ਕਰਨੀ ਸਭ ਕੁਝ ਕਰਨਾ ਜਦੋਂ ਸਟੱਡੀ ਕਰਨ ਲੱਗੀ ਕਿਉਂਕਿ ਮੈਨੂੰ ਆਉਂਦਾ ਸੀ ਰਾਤ ਹੋ ਗਈ ਹੈ ਸਾਰੇ ਸੁੱਤੇ ਪਏ ਨੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆ ਜਾਏ ਉੱਥੇ ਵੀ ਘਰ ਦੇਆਂ ਦੀ ਸੁਣਨੀ ਪਈ। ਉੱਥੇ ਵੀ ਆਪਣੇ ਕੈਰੈਕਟਰ ਤੇ ਗੱਲ ਆ ਗਈ। ਉੱਥੇ ਵੀ ਇਹ ਸੋਚਿਆ ਜਾਂਦਾ ਸੀ ਕਿ ਪਤਾ ਨਹੀਂ ਮੈਂ ਰਾਤ ਨੂੰ ਕਿਹਦੇ ਨਾਲ ਗੱਲ ਕਰ ਰਹੀ ਹਾਂ। ਉੱਥੇ ਮੈਨੂੰ ਮੇਰੇ ਇਦਾਂ ਦੇ ਪ੍ਰੋਫੈਸਰ ਸੀਗੇ ਜੋ ਮੈਨੂੰ ਰਾਤ ਨੂੰ ਸਟੱਡੀ ਮੈਂ ਕਹਿੰਦੀ ਸੀ ਕਿ ਘਰ ਦੀ ਪੂਰੀ ਜ਼ਿੰਮੇਵਾਰੀ ਖਤਮ ਕਰਕੇ ਮੈਂ ਰਿਲੈਕਸ ਹੋ ਕੇ ਚਾਹੇ ਮੈਨੂੰ ਅੱਧਾ ਘੰਟਾ ਮਿਲੇ ਮੈਨੂੰ ਤੁਸੀਂ ਪੜਾ ਦਿਆ ਕਰੋ। ਮੈਂ ਹਿਊਮਨ ਰੈੱਡ ਦੇ ਵਿੱਚ ਉਹ ਚੀਜ਼ ਕਰਨਾ ਚਾਹਨੀ ਹੈ ਵੀ ਜੋ ਲੜਕੀਆਂ ਦੇ ਜੋ ਪ੍ਰੋਬਲਮਸ ਨੇ ਮੈਂ ਸੋਲਵ ਕਰਾਂ ਕਿਉਂਕਿ ਕਿਸੇ ਦਾ ਘਰ ਨਾ ਟੁੱਟੇ। ਉਹਦੇ ਵਿੱਚ ਵੀ ਕਾਫੀ ਕੁਝ ਸੁਣਨ ਨੂੰ ਮਿਲਿਆ ਕਿ ਪਤਾ ਨਹੀਂ ਕਿਹਦੇ ਨਾਲ ਰਾਤ ਨੂੰ ਗੱਲਾਂ ਕਰਦੀ ਹੈ ਗੱਲ ਆ ਗਈ ਕਰੈਕਟਰ ਵਾਲੀ ਆਪਣੇ ਜੰਮੇ ਤੱਕ ਨੇ ਵੀ ਕਰੈਕਟਰ ਤੇ ਉਂਗਲੀ ਕਰ ਦਿੱਤੀ ਕਿ ਸ਼ਾਇਦ ਗਲਤ ਹੋ ਗਈ ਹੈ ਪਰ ਕਿਸੇ ਨੂੰ ਮੈਨੂੰ ਇੱਕ ਸ਼ੁਰੂ ਤੋਂ ਹੀ ਆਦਤ ਸੀ ਬਚਪਨ ਤੋਂ ਹੀ ਕਿ ਮੈਂ ਅਗਰ ਕੁਝ ਕਰਨਾ ਮੈਂ ਸਰਪ੍ਰਾਈਜ਼ ਦਿੰਦੀ ਹੁੰਦੀ ਸੀ ਕਿ ਮੈਂ ਇਹ ਚੀਜ਼ ਕਰ ਚੁੱਕੀ ਤਾਂ ਕਿ ਘਰ ਦੇ ਨੂੰ ਹੋਰ ਖੁਸ਼ੀ ਮਿਲੇ ਮੈਨੂੰ ਲੱਗਦਾ ਸੀ ਮੈਂ ਸਰਪ੍ਰਾਈਜ਼ ਦਵਾਂਗੀ ਕਿ ਮੈਂ ਹਿਊਮਨ ਰਾਈਟ ਦੇ ਵਿੱਚ ਵੀ ਡਿਪਲੋਮਾ ਕਰ ਚੁੱਕੀ ਹਾਂ ਤੇ ਅੱਜ ਮੈਂ ਉਹ ਕੇਸ ਸੋਲਵ ਕਰਦੀ ਹਾਂ ਪਰ ਇਦਾਂ ਨਹੀਂ ਹੋਇਆ ਕਦੇ ਮੈਨੂੰ ਬਾਹਰ ਜਾਣਾ ਪੈਂਦਾ ਸੀ ਇੱਕ ਦੋ ਦਿਨ ਦੇ ਲਈ ਮੈਂ ਜਾਣਾ ਕਿਉਂਕਿ ਕੇਸ ਆਂਦੇ ਹੁੰ ਸੀਗੇ ਕਿ ਚਲੋ ਸੋਲਵ ਕਰਦੇ ਆ ਉਹ ਕੇਸ ਸੋਲਵ ਵੀ ਕਰਨੇ ਲੇਕਿਨ ਇਦਾਂ ਹੀ ਕਰਦੇ ਕਰਦੇ ਹਸਬੰਡ ਨੇ ਜੋ ক্লোਜ਼ ਸੀਗੇ ਉਹਨਾਂ ਨੂੰ ਫੋਨ ਕਰਕੇ ਕਿਹਾ ਜੀ ਮੇਰਾ ਤਾਂ ਘਰ ਉੱਜੜ ਗਿਆ ਮੇਰਾ ਇਦਾਂ ਹੋ ਗਿਆ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਜਿਨ੍ਹਾਂ ਨੂੰ ਮੈਂ ਆਪਣਾ ਸਮਝਦੀ ਸੀ ਫਾਦਰ ਸਮਝਦੀ ਸੀ ਜਾਂ ਮਦਰ ਦਾ ਦਰਜਾ ਦਿੱਤਾ ਸੀ ਉਹਨਾਂ ਨੇ ਵੀ ਮੈਨੂੰ ਪੁੱਛਣ ਦੀ ਬਜਾਏ ਉਹਨਾਂ ਦਾ ਸਾਥ ਦਿੱਤਾ ਕਿ ਗਲਤ ਹੋ ਗਈ ਹੈ ਮੈਨੇ ਕਿਹਾ ਕਿ ਇੱਕ ਕੈਰੈਕਟਰ ਦੀ ਜਾਂ ਇੱਕ ਕੁੜੀ ਦੇ ਲਈ ਉਹਦਾ ਘਰ ਪਰਿਵਾਰ ਕੌਣ ਆ ਮਾਪੇ ਘਰ ਰੋ ਉਹ ਕਹਿੰਦੇ ਨੇ ਹਜੇ ਨਹੀਂ ਕੁਝ ਕਰਨਾ ਤੁਸੀਂ ਜੇ ਆਪਣੇ ਘਰ ਜਾ ਕੇ ਕਰੋ ਉੱਥੇ ਜਾਓ ਕਹਿੰਦੇ ਨੇ ਇਹ ਤਾਂ ਪ੍ਰਾਈ ਆ ਹਜੇ ਨਹੀਂ ਇਹ ਤਾਂ ਆਈ ਆ 4 ਦਿਨਾਂ ਦੀ ਹੋਈ ਆ ਸਾਡਾ ਘਰ ਕਿਹੜਾ ਹੋਇਆ ਇੱਕ ਕੁੜੀ ਦਾ ਘਰ ਕੀ ਹੋਇਆ ਉਹਦੀ ਇੱਕ ਡਿਗਨਿਟੀ ਕੀ ਹੋਈ ਉਹਦੇ ਇੱਕ ਸੈਲਫ ਰਿਸਪੈਕਟ ਕੀ ਹੋਈ ਜਿੱਥੇ ਤੁਸੀਂ ਬਾਰ ਬਾਰ ਤਾਨੇ ਦੇਣੇ ਉਹ ਸਾਡੇ ਨਹੀਂ ਉਹ ਸਾਡੇ ਨਹੀਂ ਕਿੱਥੇ ਜਾਈਏ ਜੰਮਿਆ ਮਾਪਿਆਂ ਨੇ ਉਹ ਵੀ ਕਹਿੰਦੇ ਸਾਡੀ ਨਹੀਂ ਜਿਨ੍ਹਾਂ ਦੇ ਘਰ ਵਿਆਹ ਕੇ ਤੋਰੇ ਉਹ ਵੀ ਕਹਿੰਦੇ ਸਾਡੀ ਨਹੀਂ ਜਦੋਂ ਇੱਕ ਮਾਂ ਪੁੱਤ ਨੂੰ ਜਨਮ ਦਿੰਦੀ ਹੈ ਧੀ ਨੂੰ ਜਨਮ ਦਿੰਦੀ ਹੈ ਉਹ ਵੀ ਉਹਨਾਂ ਦਾ ਹੀ ਕਹਾੰਦਾ ਮਾਂ ਦਾ ਨਹੀਂ ਕਹਾੰਦਾ ਇਹ ਕਿਉਂ ਅੱਜ ਇਹ ਧਾਰਨਾ ਆਪਾਂ ਚੇਂਜ ਕਰਨੀ ਆ ਮੈਂ ਕੋਵਿਡ ਦੇ ਵਿੱਚ ਗਰਾਊਂਡ ਲੈਵਲ ਤੇ ਲੈ ਕੇ ਸਾਰੇ ਆਈਐਸ ਆਈਪੀਐਸ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਮੈਨੂੰ ਵੀ ਕੋਵਿਡ ਹੋ ਸਕਦਾ ਸੀ ਸੋ ਹੋ ਸਕਦਾ ਸੀ ਮੈਨੂੰ ਹੋ ਕੇ ਵੀ ਚਲਾ ਗਿਆ ਮੈਂ ਬਿਨਾ ਮਾਸਕ ਤੋਂ ਹਰੇਕ ਕੋ ਰਾਸ਼ਨ ਤੋਂ ਲੈ ਕੇ ਸਭ ਕੁਝ ਆਈਪੀਐਸ ਇਵਨ ਕਿ ਪੀਪੀ ਕਿਟਸ ਮੈਂ ਗਰਾਊਂਡ ਲੈਵਲ ਤੇ ਜਾ ਕੇ ਦਿੱਤੀਆਂ ਸਾਰਿਆਂ ਨੂੰ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਸ ਕੋਵਿਡ ਦੀ ਵਜ੍ਹਾ ਨਾਲ ਮੈਨੂੰ ਅੱਜ ਕੋਈ ਇਹ ਜਿਹਾ ਆਈਪੀਐਸ ਆਈਐਸ ਨਹੀਂ ਹੈ ਜੋ ਮੈਨੂੰ ਨਹੀਂ ਜਾਣਦਾ ਇੱਕ ਕਰਨਜੀਤ ਕੌਰ ਹੈ ਜੋ ਇਹ ਚੀਜ਼ਾਂ ਸਾਡੇ ਲਈ ਕਰ ਰਹੀ ਹੈ ਉਸ ਤੋਂ ਬਾਅਦ ਇਦਾਂ ਹੀ ਮੈਂ ਆਪਣੀ ਪੁਲਿਸ ਸੁਰੱਖਿਆ ਦੇ ਨਾਲ ਜੁੜੀ ਮੈਨੂੰ ਇਹ ਸੀਗਾ ਕਿ ਜੋ ਇੱਕ ਚੰਗਾ ਕੰਮ ਕਰ ਰਿਹਾ ਅਫੀਸਰ ਉਹਨੂੰ ਕਿਉਂ ਨਾ ਆਪਾਂ ਪੂਰੇ ਵਰਲਡ ਲੈਵਲ ਤੇ ਉਹਨੂੰ ਫੇਮਸ ਕਰੀਏ ਕਿ ਇਹ ਸ ਇਨਸਾਨ ਇਹ ਕੰਮ ਕੀਤੇ ਨੇ ਉਹ ਇੱਕ ਆਈਪੀਐਸ ਨਹੀਂ ਇੱਕ ਚੰਗਾ ਇਨਸਾਨ ਵੀ ਹੈ ਇੱਕ ਚੰਗਾ ਉਹ ਪਰਸਨ ਹੈ ਜੋ ਹਰ ਇੱਕ ਦੇ ਲਈ ਖੜਾ ਹੁੰਦਾ ਹੈ ਸਾਡੀ ਕਿ ਧਾਰਨਾ ਇਹ ਨੇ ਕਿ ਪੁਲਿਸ ਵਾਲੇ ਕੁਝ ਨਹੀਂ ਕਰਦੇ ਸੋ ਜਦੋਂ ਉਹਨਾਂ ਵਿੱਚ ਵਿਚਰਦੇ ਹੈਗੇ ਨਾ ਤਾਂ ਪਤਾ ਲੱਗਦਾ ਕਿ ਉਹਨਾਂ ਵਿੱਚ ਇੱਕ ਚੰਗਾ ਇਨਸਾਨ ਵੀ ਹੈਗਾ ਉਹ ਇੱਕ ਡਿਊਟੀ ਨਿਭਾਉਂਦੇ ਨੇ ਆਪਣੀ ਅੱਜ ਮੈਂ ਉਹਨਾਂ ਆਈਪੀਐਸ ਆਈਐਸ ਅਫਸਰਾਂ ਦਾ ਮਿਨਿਸਟਰਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇਸ ਮੁਕਾਮ ਤੇ ਹਾਂ ਸੋ ਮੇਰਾ ਮੈਸੇਜ ਵੀ ਇਹੋ ਹੀ ਹੈ ਸਾਰਿਆਂ ਨੂੰ ਕਿ ਆਪਣੀ ਡਿਗਨਿਟੀ ਕਾਇਮ ਰੱਖੋ ਜ਼ਿੰਦਗੀ ਦੇ ਵਿੱਚ ਬਹੁਤ ਉਤਾਰ ਚੜਾਅ ਆਉਂਦੇ ਨੇ ਆਪਣੇ ਆਪ ਨੂੰ ਡੋਲਣ ਨਾ ਦਿਓ ਅੱਜ ਉਹੀ ਮੇਰੇ ਰਿਸ਼ਤੇਦਾਰ ਉਹੀ ਮੇਰੀ ਫੈਮਿਲੀ ਮੇਰੇ ਬੱਚਾ ਮੇਰੇ ਹਸਬੰਡ ਇਵਨ ਮੇਰਾ ਪੇਕਾ ਪਰਿਵਾਰ ਵੀ ਅੱਜ ਉਹੀ ਨੇ ਜੋ ਅੱਜ ਹਜੇ ਤੱਕ ਮੈਨੂੰ ਮਿਲਣ ਨੂੰ ਤਰਸ ਜਾਂਦੇ ਨੇ ਕਿ ਸਾਡੇ ਲਈ ਵੀ ਟਾਈਮ ਕੱਢ ਲਓ ਅੱਜ ਮੇਰੇ ਕੋਲ ਇੱਕ ਮਿੰਟ ਦਾ ਟਾਈਮ ਨਹੀਂ ਹੈ ਕਿੱਥੇ ਮੈਂ ਉਹੀ 19 20 ਸਾਲ ਆਪਣੇ ਪਰਿਵਾਰ ਨੂੰ ਦਿੱਤੇ ਜਿਨ੍ਹਾਂ ਦੇ ਲਈ ਮੈਂ ਕਦੇ ਆਪਣੇ ਬਾਰੇ ਸੋਚਿਆ ਹੀ ਨਹੀਂ ਸੀ ਕਿ ਮੈਂ ਆਹ ਚੀਜ਼ ਕਰ ਸਕਦੀ ਹਾਂ ਕਿ ਨਹੀਂ ਕਰ ਸਕਦੀ ਬਸ ਇੱਕ ਜਜ਼ਬਾ ਹੁੰਦਾ ਸੀ ਕਿ ਨਹੀਂ ਆਹ ਚੀਜ਼ ਕਰਨੀ ਹੈ ਆਪਣੇ ਇਮੋਸ਼ਨਸ ਨੂੰ ਮੈਂ ਦਬਾ ਕੇ ਰੱਖਦੀ ਸੀ ਹਰ ਇੱਕ ਦੀ ਸੁਣਦੀ ਸੀ ਬਹੁਤ ਕੁਝ ਐਵੇਂ ਦਾ ਸੀ ਸੋਚਣਾ ਪੈਂਦਾ ਸੀ ਕਿ ਅੱਗੇ ਜਾਈਏ ਨਾ ਜਾਈਏ لیکن ایک دن اے جن جیڑا توڑنیयां ਪਈਆਂ سو اگے ਵਧੀ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੁਹਾਡੇ ਸਾਰਿਆਂ ਨੂੰ ਮੈਂ ਇਹੀ ਰਿਕਵੈਸਟ ਕਰਦੀ ਆ ਆਪਣੀ ਜ਼ਿੰਦਾਦਿਲੀ ਨੂੰ ਕਾਇਮ ਰੱਖੋ ਆਪਣੇ ਜਜ਼ਬੇ ਨੂੰ ਕਾਇਮ ਰੱਖੋ ਆਪਣੀ ਇੱਕ ਪਹਿਚਾਨ ਬਣਾਓ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਸੇ ਦੀ ਮਹਤਾਜ ਬਣੋ ਆਪਣੇ ਲਈ ਅੱਗੇ ਜਾਓ ਔਰ ਮੈਂ ਹਰ ਇੱਕ ਕੁੜੀ ਨੂੰ ਹੀ ਰਿਕਵੈਸਟ ਕਰਦੀ ਆ ਆਪਣੇ ਸਹੀ ਪਦ ਕਰਮਾਂ ਤੇ ਤੁਰੋ ਤੁਹਾਨੂੰ ਸਭ ਕੁਝ ਹਾਸਲ ਹੋਏਗਾ ਏਸੀ ਦਿਨਾਂ ਨਾਲ